ਹੁਣ ਅਸੀਂ ਕੀ ਕਰਦੇ ਹਾਂ ਨਾਰਮਲੀ ਬ੍ਰਸ਼ ਲੈਂਦੇ ਹਾਂ ਜ਼ੋਰ ਜ਼ੋਰ ਨਾਲ ਰਗੜਦੇ ਹਾਂ ਉਹਨੂੰ ਸਾਨੂੰ ਲੱਗਦਾ ਕਿ ਦੰਦ ਚਿੱਟੇ ਹੋ ਰਹੇ ਆ ਪਰ ਦੰਦ ਚਿੱਟੇ ਨਹੀਂ ਹੋ ਰਹੇ ਉਹਦੇ ਨਾਲ ਕਿਸਣ ਲੱਗ ਗਏ ਨੇ ਹੁਣ ਇੱਥੇ ਆ ਮਾਡਲ ਪਿਆ ਇਹਦੇ ਵਿੱਚ ਦੰਦ ਰਗੜ ਰਗੜ ਕੇ ਇੱਥੇ ਦੰਦ ਕਿਸ ਗਿਆ ਅਤੇ ਜੜ ਐਕਸਪੋਜ਼ ਹੋ ਗਈ ਜਿਸ 'ਤੇ ਪੇਸ਼ੈਂਟ ਨੂੰ ਵਿਦ ਅ ਲੌਂਗ ਰਨ ਠੰਡਾ ਲੱਗਣਾ ਸਟਾਰਟ ਹੋ ਜਾਂਦਾ ਸੈਂਸਿਟੀਵਿਟੀ ਸਟਾਰਟ ਹੋ ਜਾਂਦੀ ਹੈ ਇਸ ਕਰਕੇ ਸਾਨੂੰ ਕਦੀ ਵੀ ਦੰਦਾਂ ਨੂੰ ਐਵੇਂ ਰਗੜ ਕੇ ਬ੍ਰਸ਼ ਨਹੀਂ ਕੱਢਣਾ ਚਾਹੀਦਾ ਈਵਨ ਅੰਦਰ ਵਾਲੀ ਸਾਈਡ 'ਤੇ ਸਾਡਾ ਬਹੁਤ ਕਰੇੜਾ ਜੰਮਿਆ ਹੁੰਦਾ ਬ੍ਰਸ਼ ਨਾਲ ਕੋਸ਼ਿਸ਼ ਕਰੋ ਕਿ ਜੋ ਅੰਦਰ ਜੰਮਿਆ ਉਹਨੂੰ ਵੀ ਤੁਸੀਂ ਬਾਹਰ ਵਾਲੀ ਸਾਈਡ ਤੋਂ ਕਲੀਨ ਕਰੋ ਹੁਣ ਇਹ ਦੇਖੋ ਜਿਵੇਂ ਇਹਨਾਂ ਦੇ ਅੰਦਰ ਕਾਫੀ ਕਰੇੜਾ ਜੰਮਿਆ ਹੋਇਆ ਜੀ ਹੁਣ ਜੇ ਅਸੀਂ ਸਮਝਾਵਾਂਗੇ ਉਹ ਈਜ਼ੀਲੀ ਸਮਝ ਨਹੀਂ ਆਏਗਾ ਜੀ ਆ ਜਿਹੜਾ ਪੀਲਾ ਪੀਲਾ ਪੰਨਾ ਜਿਹੜਾ ਹਾਂ ਇਹ ਕਰੇੜਾ ਇਸ ਕਰਕੇ ਮੋਸਟਲੀ ਦੰਦ ਆਪਣੇ ਖਰਾਬ ਹੁੰਦੇ ਨੇ ਤਾਂ ਹਿਲਨੇ ਸ਼ੁਰੂ ਹੁੰਦੇ ਨੇ ਅਸੀਂ ਇਹ ਪੇਸ਼ੈਂਟ ਨੂੰ ਪ੍ਰੋਪਰ ਸ਼ੋਅ ਕਰਦੇ ਹਾਂ ਕਿ ਉਹਨਾਂ ਦੇ ਮੂੰਹ 'ਚ ਕੀ ਕਰਨੀ ਜੇ ਆਪਾਂ ਇਹ ਆਈ ਸੀਗੇ ਇਸ ਦੰਦ ਵਾਸਤੇ ਇਸ ਪ੍ਰੋਬਲਮ ਸੀਗੀ ਦਰਦ ਸੀਗਾ ਬਟ ਫਿਰ ਵੀ ਆਪਾਂ ਉਹਨਾਂ ਨੂੰ ਪੂਰਾ ਚੈੱਕ ਕਰਕੇ ਸਕੈਨ ਕਰਕੇ ਕੀ ਆ ਦੇਖੋ ਜਿਵੇਂ ਬਾਅਦ ਕੀ ਸਾਨੂੰ ਸ਼ੁਰੂ ਤੋਂ ਹੀ ਇਹੀ ਦੱਸਿਆ ਜਾਂਦਾ ਮੇਰੇ ਗ੍ਰੈਂਡ ਪੇਰੈਂਟਸ ਵੀ ਈਵਨ ਮੇਰੀ ਮੰਮੀ ਨੂੰ ਵੀ ਇਹੀ ਲੱਗਦਾ ਹੈ ਕਿ ਜਦੋਂ ਦੰਦ ਨਿਕਲਦੇ ਆ ਤਾਂ ਬੱਚਿਆਂ ਨੂੰ ਲੂਜ਼ ਮੋਸ਼ਨ ਅਤੇ ਵੋਮਿਟਿੰਗਸ ਲੱਗਦੀਆਂ ਬਟ ਦਿੱਕਤ ਕੀ ਹੈ ਜਦੋਂ ਵਿਚਾਰੇ ਦੰਦ ਨਿਕਲਦੇ ਨੇ ਉਹਨਾਂ ਦੇ ਜਿਹੜੇ ਮਸੂੜੇ ਉਹ ਪੱਕ ਜਾਂਦੇ ਆ ਉਹਦੇ ਵਿੱਚ ਤੁਹਾਨੂੰ ਖਾਰਿਸ਼ ਆਉਂਦੀ ਹੈ ਬਟ ਉਹ ਕੰਪਲੀਟਲੀ ਦੱਸ ਨਹੀਂ ਸਕਦੇ ਉਹ ਕੀ ਕਰਦੇ ਨੇ ਜਿਹੜੀ ਚੀਜ਼ ਚੱਕਦੇ ਨੇ ਮੂੰਹ 'ਚ ਪਾ ਲੈਂਦੇ ਨੇ ਮੂੰਹ 'ਚੋਂ ਪਾਉਂਦੇ ਨੇ ਉਹਨੂੰ ਪੈਸੀਫਾਇਰ ਦਾ ਕੰਮ ਕਰਦੀ ਕਿ ਥੋੜ੍ਹੀ ਉੱਥੇ ਉਹਨੂੰ ਠੰਡ ਪਾਉਣ ਦਾ ਕੋਸ਼ਿਸ਼ ਕਰਦੀ ਹੈ ਕਿ ਉਹਨੂੰ ਰਗੜਦੇ ਨੇ ਚੀਜ਼ ਨੂੰ ਅਤੇ ਜਿਹੜੀ ਚੀਜ਼ ਉਹ ਮੂੰਹ 'ਚ ਪਾਉਂਦੇ ਨੇ ਉਹ ਇਨਫੈਕਟਿਡ ਹੋ ਜਾਂਦੀ ਹੈ ਜਿਵੇਂ ਕਿ ਜ਼ਮੀਨ ਤੋਂ ਕੁਝ ਚੱਕਿਆ ਮੂੰਹ 'ਚ ਪਾ ਲਿਆ ਉਹ ਇਨਫੈਕਸ਼ਨ ਦੰਦ ਨਿਕਲਣ ਕਰਕੇ ਨਹੀਂ ਹੈ ਉਹ ਜਿਹੜੀ ਚੀਜ਼ਾਂ ਮੂੰਹ 'ਚ ਚੱਕ ਕੇ ਪਾ ਲੈਂਦੇ ਨੇ ਚਾਹੇ ਕੋਈ ਖੜੋਣਾ ਹੈ ਚਾਹੇ ਕੁਛ ਹੈ ਉਹਦੀ ਇਨਫੈਕਸ਼ਨ ਕਰਕੇ ਬੱਚਿਆਂ ਨੂੰ ਲੂਜ਼ ਮੋਸ਼ਨ ਅਤੇ ਪੇਟ ਖਰਾਬ ਹੁੰਦਾ ਹੈ ਅਤੇ ਵੋਮਿਟਿੰਗਸ ਆਉਂਦੀਆਂ ਕਿਉਂਕਿ ਸੇਮ ਟਾਈਮ ਹੁੰਦਾ ਜਦੋਂ ਉਹਨਾਂ ਦੇ ਬੁੱਟਾਂ 'ਚ ਖਾਰਿਸ਼ ਆ ਰਹੀ ਹੁੰਦੀ ਹੈ ਅਤੇ ਉਸ ਟਾਈਮ ਉਹ ਚੱਕ ਕੇ ਮੂੰਹ 'ਚ ਪਾ ਲੈਂਦੇ ਆ ਇਸ ਕਰਕੇ ਇਹਨੂੰ ਹਮੇਸ਼ਾ ਕੋਰਲੇਟ ਕੀਤਾ ਜਾਂਦਾ ਕਿ ਜਦੋਂ ਦੰਦ ਨਿਕਲਦੇ ਆ ਬੱਚੇ 'ਤੇ ਅਤੇ ਤਾਂ ਉਹਨਾਂ ਦਾ ਪੇਟ ਖਰਾਬ ਹੁੰਦਾ ਹੈ ਜਾਂ ਵੋਮਿਟਿੰਗਸ ਹੁੰਦੀਆਂ ਬਟ ਰੀਜ਼ਨ ਇਹ ਨਹੀਂ ਹੈ ਤੁਸੀਂ ਬੱਚਿਆਂ ਨੂੰ ਪੈਸੀਫਾਇਰਸ ਦਿਓ ਮਾਰਕੀਟ 'ਚ ਈਜ਼ੀਲੀ ਅਵੇਲੇਬਲ ਨੇ ਉਹਨੂੰ ਉਬਾਲ ਕੇ ਯੂਜ਼ ਕਰੋ ਅਤੇ ਬੱਚਾ ਦਾ ਨਾ ਹੀ ਕਦੀ ਪੇਟ ਖਰਾਬ ਹੋਏਗਾ ਨਾ ਹੀ ਉਹਨਾਂ ਨੂੰ ਵੋਮਿਟਿੰਗਸ ਆਉਣਗੀਆਂ ਅਤੇ ਨਾ ਕਿਸੇ ਪੇਰੈਂਟਸ ਨੂੰ ਆ ਪ੍ਰੋਬਲਮ ਨੂੰ ਫੇਸ ਕਰਨਾ ਪਏਗਾ ਕੱਢਣ ਪਾਉਣ ਵਾਲੇ ਜਿਹੜੇ ਦੰਦ ਹੁੰਦੇ ਨੇ ਉਹ ਹੌਲੀ ਹੌਲੀ ਕਰਕੇ ਤੁਹਾਡੀ ਹੱਡੀ ਨੂੰ ਬਿਠਾ ਦਿੰਦੇ ਨੇ ਆਪਾਂ ਜਿੰਨੇ ਮਰਜ਼ੀ ਵਧੀਆ ਤਰੀਕੇ ਨਾਲ ਦੰਦ ਬਣਵਾ ਲਈਏ ਕੱਢਣ ਪਾਉਣ ਵਾਲੇ ਜਿਵੇਂ ਜਿਵੇਂ ਆਪਣੀ ਹੱਡੀ ਖੁਰਦੀ ਹੈ ਅਤੇ ਉੱਥੇ ਆਪਣੇ ਮੂੰਹ ਦੀ ਹੱਡੀ ਵੀ ਖੁਰੇਗੀ ਤਾਂ ਉੱਥੇ ਤੁਹਾਡੇ ਦੰਦ ਨੂੰ ਬਿਠਾ ਦੇਗੀ ਤੁਹਾਨੂੰ 5 to 7 ਈਅਰਸ ਬਾਅਦ ਉਹ ਦੰਦ ਚੇਂਜ ਕਰਵਾਉਣੇ ਹੀ ਪੈਂਦੇ ਨੇ ਜਿਹੜੇ ਫਿਕਸ ਦੰਦ ਨੇ ਫਿਕਸ ਦੰਦ ਆਉਂਦੇ ਨੇ ਇਮਪਲਾਂਟਸ ਉਹ ਹੱਡੀ ਦੇ ਵਿੱਚ ਸਕਰੂ ਪੈ ਜਾਂਦਾ ਅਤੇ ਇੱਕ ਹਾਂ ਇਹ ਵੀ ਬਹੁਤ ਮਿਸਕਨਸੈਪਸ਼ਨ ਹੈ ਕਿ ਲੋਕਾਂ ਨੂੰ ਡਰ ਲੱਗਦਾ ਕਿ ਸਕਰੂ ਦੇ ਨਾਲ ਕਿਤੇ ਸਾਨੂੰ ਇਨਫੈਕਸ਼ਨ ਤਾਂ ਨਹੀਂ ਹੋ ਜਾਏਗੀ ਬਟ ਮੈਂ ਇੱਕ ਗੱਲ ਕਲੀਅਰ ਕਰ ਦੇਣਾ ਚਾਹੁੰਦੀ ਹਾਂ ਜਿਹੜਾ ਸਕਰੂ ਹੁੰਦਾ ਟਾਈਟੇਨੀਅਮ ਮਟੀਰੀਅਲ ਦਾ ਹੁੰਦਾ ਸੇਮ ਜਿਵੇਂ ਲੋਕ ਗੋਡੇ ਬਦਲਾਉਂਦੇ ਨੇ ਕਹਿੰਦੇ ਕਿ ਨੀ ਰਿਪਲੇਸਮੈਂਟ ਕਰਾ ਲਈ ਜਿਹੜਾ ਮਟੀਰੀਅਲ ਉਹ ਯੂਜ਼ ਹੁੰਦਾ ਸੇਮ ਹੀ ਇਮਪਲਾਂਟਸ ਯੂਜ਼ ਹੁੰਦਾ ਅਤੇ ਇਮਪਲਾਂਟਸ ਜਿਵੇਂ ਆਪਣਾ ਅਸਲੀ ਦੰਦ ਦੀ ਜੜ ਹੁੰਦੀ ਹੈ ਜਿਵੇਂ ਕਿ ਆਹ ਦੇਖੋ ਜਿਵੇਂ ਆਪਣੇ ਅਸਲੀ ਦੰਦ ਦੀ ਜੜ ਪਈ ਹੈ ਉੱਦਾਂ ਹੀ ਇਮਪਲਾਂਟ ਸਾਡੀ ਹੱਡੀ 'ਚ ਸਕਰੂ ਵਾਂਗੂ ਪੈ ਜਾਂਦਾ ਅਤੇ ਜਿਵੇਂ ਹੁਣ ਆਪਣੀ ਜੜ ਨੇ ਹੱਡੀ ਨੂੰ ਫੜ ਕੇ ਰੱਖਣਾ ਉਵੇਂ ਹੀ ਜਿਹੜੇ ਇਮਪਲਾਂਟਸ ਆ ਉਹ ਵੀ ਹੱਡੀ ਨੂੰ ਫੜ ਕੇ ਰੱਖਦੇ ਨੇ ਅਤੇ ਸਾਡਾ ਬੋਨ ਲੌਸ ਨਹੀਂ ਹੁੰਦਾ ਉਹ ਸੇਮ ਐਵੇਂ ਕੰਮ ਕਰਦੇ ਨੇ ਜਿਵੇਂ ਸਾਡੇ ਆਪਣੇ ਅਸਲੀ ਦੰਦ ਹੋਣ ਗੋਡ ਗਿਫਟਡ ਦੰਦ ਹੋਣ ਬਟ ਜਦੋਂ ਵਿਆਹ ਦਾ ਸੀਜ਼ਨ ਆਉਂਦਾ ਤਾਂ ਅਫਕੋਰਸ ਸਾਡੇ ਕੋਲ ਬਹੁਤ ਸਾਰੇ ਪੇਸ਼ੈਂਟਸ ਆਉਂਦੇ ਨੇ ਜਿਨ੍ਹਾਂ ਨੇ ਆਪਣੇ ਸਮਾਈਲ ਸੋਨੀ ਕਰਨੀ ਹੁੰਦੀ ਹੈ ਅਤੇ ਅਫਕੋਰਸ ਹੋ ਜਾਂਦਾ ਹੈ ਈਵਨ ਵਿਦ ਇਨ ਅ ਵੀਕ ਵੀ ਸਾਰਾ ਟ੍ਰੀਟਮੈਂਟ ਕੰਪਲੀਟ ਹੋ ਜਾਂਦਾ ਜਿਨ੍ਹਾਂ ਦੇ ਦੰਦਾਂ 'ਚ ਗੈਪ ਹੈਗਾ ਅਤੇ ਉਹਨਾਂ ਦੀ ਏਜ ਹਲੇ ਬ੍ਰੇਸਿਸ ਵਾਸਤੇ ਨਹੀਂ ਹੈਗੀ ਉਹਨਾਂ ਕੋਲ ਟਾਈਮ ਨਹੀਂ ਹੈਗਾ ਫੋਰ ਅ ਟਾਈਮ ਬਿੰਗ ਉਹਨਾਂ ਨੂੰ ਅਸੀਂ ਫਿਕਸਡ ਪ੍ਰੋਸੀਸਿਸ ਦੇ ਦਿੰਦੇ ਹਾਂ ਇਹ ਹੈਗੇ ਨੇ ਆਲ ਮੈਟਲ ਵਾਲੇ ਦੰਦ ਇਸ 'ਚ ਸਿਰਫ ਮੈਟਲ ਹੀ ਲੱਗਾ ਹੋਇਆ ਇਹਦਾ ਨੁਕਸਾਨ ਤਾਂ ਸਿਰਫ ਇਹ ਹੈ ਕਿ ਦੇਖਣ ਨੂੰ ਸਿਰਫ ਇਹ ਮੈਟਲ ਵਾਂਗੂ ਹੀ ਲੱਗਦੇ ਆ ਮੋਸਟਲੀ ਫੀਮੇਲ ਪੇਸ਼ੈਂਟਸ ਰਿਐਕਟ ਕਰੀ ਉਹਨਾਂ ਲੱਗਦਾ ਕਿ ਸਿਰਫ ਮੇਰੇ ਮੂੰਹ 'ਚ ਲੋਹਾ ਵੱਜ ਰਿਹਾ ਇਹਦਾ ਮਟੀਰੀਅਲ ਲੋਹਾ ਨਹੀਂ ਹੁੰਦਾ ਬਟ ਫਿਰ ਵੀ ਪੇਸ਼ੈਂਟ ਨੂੰ ਐਵੇਂ ਫੀਲ ਹੁੰਦਾ ਕਿਉਂਕਿ ਇਹਦੇ ਉੱਤੇ ਆਲ ਮੈਟਲ ਹੈ ਕੁਛ ਵੀ ਨਹੀਂ ਹੈ ਹੋਰ ਤੀਸਰੇ ਆਉਂਦੇ ਨੇ ਆਲ ਸਿਰਾਮਿਕ ਇਹਦੀ ਲੁੱਕ ਬਿਲਕੁਲ ਨੈਚੁਰਲ ਆਏਗੀ ਇਹ ਲਗਾਏ ਦਾ ਇੰਨਾ ਪਤਾ ਵੀ ਨਹੀਂ ਲੱਗਦਾ ਕਿ ਨੀਅਰ ਟੂ ਨੈਚੁਰਲ 95 to 97% ਬਿਲਕੁਲ ਮਿਮਿਕ ਕਰ ਦਿੰਦਾ ਤੁਹਾਡਾ ਨੈਚੁਰਲ ਦੰਦ ਹੋਵੇ ਤੇ ਜਿਹੜੇ ਅੱਜ ਕੱਲ੍ਹ ਜਿਹੜੇ ਹੀਰੇ ਦਾ ਵੀ ਦੰਦ ਕਹਿ ਦਿੰਦੇ ਉਹਦੇ ਬਾਰੇ ਕੀ ਦੱਸੋਗੇ ਦਰਸ਼ਕਾਂ ਨੂੰ ਕਿ ਹੀਰੇ ਦਾ ਐਕਚੁਅਲੀ ਹੀਰੇ ਦਾ ਦੰਦ ਨਹੀਂ ਦੰਦ ਦੇ ਉੱਤੇ ਹੀਰਾ ਲਗਾ ਦਈਦਾ ਕਿ ਸਮਾਈਲ ਸੋਹਣੀ ਲੱਗੇ ਅੱਜ ਕੱਲ੍ਹ ਬਹੁਤ ਜ਼ਿਆਦਾ ਜੂਲਰੀ ਦਾ ਟ੍ਰੈਂਡ ਹੈ ਕੰਨਾਂ 'ਚ ਹੱਥਾਂ ਸਾਰੇ ਡਾਇਮੰਡਸ ਪ੍ਰੈਫਰ ਕਰਦੇ ਨੇ ਅਤੇ ਅੱਜ ਕੱਲ੍ਹ ਦੰਦਾਂ 'ਤੇ ਵੀ ਡੈਂਟਲ ਜੂਲਰੀ ਲੱਗਦੀ ਹੈ ਅਤੇ ਇਹਦੇ ਨਾਲ ਤੁਹਾਡੇ ਦੰਦਾਂ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਕਿਉਂਕਿ ਜਿਸ ਇਹ ਸਟਿੱਕ ਕਰ ਜਾਂਦੀ ਦੰਦ ਦੇ ਉੱਤੇ ਨਾ ਕਿ ਦੰਦ ਨੂੰ ਡਰਿਲ ਕਰਨਾ ਪੈਂਦਾ ਕੁਛ ਲੋਕ ਕੀ ਕਰਦੇ ਨੇ ਜਿਹੜੇ ਨੋਨ ਕੁਆਲੀਫਾਈਡ ਡਾਕਟਰਸ ਹੁੰਦੇ ਨੇ ਕੁਐਕ ਹੁੰਦੇ ਨੇ ਉਹਨਾਂ ਤੋਂ ਦੰਦਾਂ ਦੇ ਵਿੱਚ ਡਰਿਲਿੰਗ ਕਰਾ ਕੇ ਅਤੇ ਡਾਇਮੰਡ ਲਗਵਾ ਲੈਂਦੇ ਨੇ ਬਟ ਜੇ ਤੁਸੀਂ ਆਪਣਾ ਦੰਦ ਨਹੀਂ ਖਰਾਬ ਕਰਨਾ ਚਾਹੁੰਦੇ ਤਾਂ ਸਿੰਪਲ ਸਟਿੱਕ ਔਨ ਵੀ ਹੋ ਜਾਂਦਾ ਮੈਂ ਤੁਹਾਨੂੰ ਇਮੀਡੀਏਟਲੀ ਜਿਵੇਂ ਆਪਾਂ ਫੋਟੋਗ੍ਰਾਫ ਸ਼ੂਟ ਕਰਦੇ ਹਾਂ ਸਾਡੇ ਫੋਨ 'ਚ ਆ ਜਾਂਦੀ ਹੈ ਸੇਮ ਆਪਾਂ ਐਕਸਰੇ ਸ਼ੂਟ ਕਰਦੇ ਹਾਂ ਇਮੀਡੀਏਟਲੀ ਸਾਡੇ ਲੈਪਟਾਪ 'ਚ ਆ ਜਾਂਦਾ ਅਤੇ ਇਹਦੀ ਸੋਫਟ ਕਾਪੀਜ਼ ਹੁੰਦੀਆਂ ਪੇਸ਼ੈਂਟ ਨੂੰ ਅਸੀਂ ਸੈਂਡ ਵੀ ਕਰ ਸਕਦੇ ਹਾਂ ਜਿਹਨੇ ਫੋਟੋ ਖਿੱਚਣੀ ਹੋਵੇ ਫੋਟੋ ਵੀ ਖਿਚਵਾ ਲੈਂਦੇ ਨੇ
रोटरी ये असं फाइल्स लगा के रूट कैनाल सिंगल सिटिंग के ट्रीटमेंट कंप्लीट कर दिता। आई नहीं कि ट्रीटमेंट करवाओ करवाओ आयो तुम कंसल्टेशन लिती है तुम्हें फीस देने की लड़ नहीं है नो क्वेश्चन विल बी आस्क टू यू तुम सैटिस्फाई हो अपना अगर ट्रीटमेंट कंटिन्यू करवाओ नहीं करवाना चाहते तुम्हारी चॉइस है बट तुम्हें कंसल्टेशन प्रॉपर उवें ही मिलेगी तुम्हारे एक्सरेज भी होंगे जो भी असं किसी पेशेंट का दंद कटते हैं कोई सर्जिकल प्रोसीजर करते हैं मेरे अटेंडेंट्स नैक्सट डे उन्होंने कॉल करके उन्होंने हाल चाल पुछते हैं कि कोई पेन या स्वेलिंग तो नहीं है पर जो भी कोई दिक्कत होंगी है खुद दसते हैं कि यह कर लो नहीं तो मेरे तो कंसल्ट करके पेशेंट नाल कम्युनिकेट करवाते हैं।